ਮੈਂ ਸਰਪੰਚ ਸਰਜੀਤ ਸਿੰਘ ਪਿੰਡ ਕੀੜੀ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਉ ਬਲਾਕ ਸਦਵਾ ਵੇਟ ਵੱਲੋਂ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸੰਧੂ ਸਾਹਿਬ ਨੂੰ ਤਾਇਕਤ ਦੇ ਕੇ ਨਿਵਾਜਿਆ ਹੈ ਸੰਧੂ ਸਾਹਿਬ ਨੇ ਅਣ ਥੱਕ ਹੋ ਕੇ ਪਿੰਡਾਂ ਦੇ ਵਿਕਾਸ ਦਾ ਕਾਰਜ ਕਰਾਇਆ ਪਿੰਡ ਕੀੜੀ ਵਿੱਚ ਸਾਰੀਆਂ ਗਲੀਆਂ ਦੇ ਵਿੱਚ ਇੰਟਰਲੌਕ ਲਵਾਇਆ ਗਿਆ ਤੇ ਸੀਵਰੇਜ ਦਾ ਕੰਮ 70% ਹੋ ਗਿਆ ਹੈ ਬਾਕੀ ਰਹਿੰਦਾ ਕੰਮ ਸੰਧੂ ਸਾਹਿਬ ਦੇ ਐਮਐਲਏ ਬਣ ਤੋਂ ਬਾਅਦ ਕਰਾਇਆ ਜਾਊਗਾ ਸੰਧੂ ਸਾਹਿਬ ਨੇ ਮੁੱਲਾਪੁਰ ਵਿੱਚ ਬਾਸਾ ਡਾ ਬਣਵਾਇਆ ਸਬਦ ਸੀਲ ਦਾ ਐਲਾਨ ਕਰਾਇਆ ਫਾਇਰ ਬਗਰੇਡ ਦਾ ਪ੍ਰਬੰਧ ਕਰਕੇ ਦਿੱਤਾ ਸਵੱਦੀ ਵਿੱਚ ਆਈਟੀਆਈ ਜੋ ਕਿ ਵਾਊਚਰ ਦੀ ਨਹੀਂ ਚਾਲੂ ਹੋਈ ਸੀ ਉਹ ਵੀ ਚਾਲੂ ਕੀਤੀ ਗਈ ਜੋ ਕਿ ਕਿਸੇ ਦੇ ਇਹਨਾਂ ਖਿਆਲ ਦੇ ਵਿੱਚ ਨਹੀਂ ਸੀ ਸਾਰੇ ਦਾਖੇ ਹਲਕੇ ਨੂੰ ਇੱਕ ਨਾਮ ਵਰ ਫਤਵਾ ਖਟਕੇ ਦਿੱਤਾ ਜੋ ਕਿ ਸਾਰਾ ਹਲਕਾ ਦਾਖਾ ਸੰਧੂ ਸਾਹਿਬ ਨੂੰ ਯਾਦ ਕਰ ਰਿਹਾ ਤੇ ਸੰਧੂ ਸਾਹਿਬ ਦੀ ਹਮਾਇਤ ਤੇ ਆਹਣ ਖੜੇ ਹਨ ਸੰਧੂ ਸਾਹਿਬ ਕੰਨਿਓ ਜੀ ਹੁਣ ਤੱਕ ਸਾਨੂੰ 22 ਲੱਖ ਰੁਪਇਆ ਗ੍ਰਾਂਟ ਆਈ ਹੈ ਜਿਹਦੇ ਨਾਲ ਸਾਰੇ ਪਿੰਡ ਦੀਆਂ ਗਲੀਆਂ ਦੇ ਵਿੱਚ ਇੰਟਰਲੌਕ ਲਗਾਈ ਗਈ ਤੇ 70% ਦੇ ਕਰੀਬ ਸੀਵਰੇਜ ਪਾਇਆ ਗਿਆ ਸਕੂਲ ਦਾ ਨਵੀਨ ਕਰਨ ਕਰਾਇਆ ਗਿਆ ਜੀ ਸਮਰਾਟ ਸਕੂਲ ਬਣਾਇਆ ਗਿਆ ਸੰਧੂ ਸਾਹਿਬ ਦੇ ਕੀਤੇ ਕੰਮਾਂ ਨੂੰ ਜੇ ਅਸੀਂ ਬੜੀ ਦੂਰ ਦਰੈਸ਼ੀ ਨਾਲ ਦੇਖ ਰਹੇ ਹਾਂ ਕਿ ਇੰਨਾ ਕੰਮ ਸਾਡੇ ਨਿੱਕੇ ਜਿਹੇ ਪਿੰਡ ਵਿੱਚ ਹੋਇਆ ਪਿੰਡਾਂ ਦੇ ਵਿੱਚ ਜੋ ਵੀ ਆਪਣਾ ਵਿਕਾਸ ਹੋਇਆ ਉਹਨੂੰ ਦੇਖਦੇ ਹੋਏ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਆਪਾਂ ਨੂੰ ਇਹੋ ਜਿਹਾ ਕਾਹਾਂ ਵਾਸਤੇ ਲੀਡਰ ਨਹੀਂ ਮੈਣਾ ਜਿਨੇ ਇਤਨਾ ਕੰਮ ਕੀਤਾ ਤੇ ਆਪਾਂ ਉਸ ਲੀਡਰ ਦੇ ਅਣਥੱਕ ਹੋ ਕੇ ਮਗਰ ਖੜੇ ਹੋਈਏ ਤੇ ਵਿਕਾਸ ਦੇ ਦਰਤੇ ਆਪਾਂ ਵੋਟਾਂ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ